ਤੁਹਾਨੂੰ ਗੱਲ ਦੱਸਾਂ, ਸ਼ਾਇਦ ਪਹਿਲੀ ਵਾਰੀ ਦੱਸਣ ਲੱਗਾ ਮੈਂ ਕਿਸੇ ਨੂੰ ਵੀ ਜੀ ਜੀ ਜੀ, ਕਿ ਜਦੋਂ ਅਸੀਂ 2017 ਦੀ ਇਲੈਕਸ਼ਨ ਹਾਰੇ ਹਾਂ ਔਰ ਬਹੁਤ ਨਮੋਸ਼ੀ ਭਰੀ ਹਾਰ ਸੀਗੀ, ਸ਼੍ਰੋਮਣੀ ਅਕਾਲੀ ਦਲ ਦੀ ਐਡੀ ਮਾੜੀ ਪਰਫੋਰਮੈਂਸ ਕਦੇ ਵੀ ਨਹੀਂ ਰਹੀ ਸੀ ਇਤਿਹਾਸ ਦੇ ਵਿੱਚ, ਠੀਕ ਹੈ ਨਾ। ਸੋ ਮੈਂ ਬਾਦਲ ਪਿੰਡ ਸੀ ਉਸ ਦਿਨ, ਵੱਡੇ ਬਾਦਲ ਸਾਹਿਬ ਵੀ ਉੱਥੇ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉੱਥੇ ਸੀ, ਠੀਕ ਹੈ। ਕੁਦਰਤੀ ਗੱਲ ਸੀ ਮੈਨੂੰ ਉੱਥੇ ਹੋਣਾ ਬਣਦਾ ਸੀ ਉਸ ਦਿਨ, ਕਿਉਂਕਿ ਜੇ ਕੋਈ ਸਿਚੁਏਸ਼ਨ ਆਉਂਦੀ ਹੈ ਰਾਈਜ਼ ਤਾਂ ਨਾਲ ਇਕੱਠੇ ਹੋਣਾ ਹੁੰਦਾ। ਤੋ ਜਦੋਂ ਸਾਰੇ ਰਿਜ਼ਲਟਸ ਵਗੈਰਾ ਆ ਗਏ ਉਹਨਾਂ 'ਤੇ, ਫਿਰ ਅੰਦਰ ਮੇਰੇ ਮਨ ਦੇ ਅੰਦਰ ਵੀ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਕੀ ਕਰਨਾ ਚਾਹੀਦਾ। ਬਹੁਤ ਮਤਲਬ ਨਮੋਸ਼ੀਜਨਕ ਸੀਗੇ ਨਤੀਜੇ ਜਿਹੜੇ ਸੀਗੇ, ਸੰਗਤ ਨੇ ਸਾਨੂੰ ਰਿਜੈਕਟ ਕੀਤਾ ਸੀ ਉਹਦੇ ਟੋਟਲੀ। ਸੋ ਸੰਗਤ ਦਾ ਹੁਕਮ ਸੀਗਾ, ਅਤੇ ਦੇਖੋ ਹੁਣ ਸੰਗਤ ਦਾ ਹੁਕਮ ਹੈ ਤਾਂ ਹੁਣ ਤੁਹਾਨੂੰ ਕਰਨਾ ਕੀ ਚਾਹੀਦਾ, ਤੁਹਾਡਾ ਫਰਜ਼ ਕੀ ਬਣਦਾ। ਮੈਂ ਤੁਹਾਡਾ ਇਹ ਗੱਲ ਸ਼ੇਅਰ ਕਰਨ ਲੱਗਾ ਹੁਣ ਜਿਹੜੀ ਕਿ ਮੈਂ ਕਿਸੇ ਨਾਲ ਨਹੀਂ ਕੀਤੀ। ਮੇਰੇ ਅੰਦਰ ਇਹ ਗੱਲ ਚੱਲਦੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਅਸਤੀਫਾ ਦੇ ਦੇਣਾ ਚਾਹੀਦਾ। ਚਲੋ ਮੈਂ ਅਸਤੀਫਾ ਵਰਡ ਨਹੀਂ ਯੂਜ਼ ਕਰਦਾ, ਪਰ ਮੇਰੇ ਸੀਗਾ ਵੀ ਪਾਸੇ ਹੋ ਜਾਣਾ ਚਾਹੀਦਾ, ਚਲੋ ਮਤਲਬ ਉਹਦਾ ਸੇਵੇਂ ਬਣਦਾ ਖੈਰ। ਔਰ ਮੈਂ ਬਹੁਤ ਸੋਚ ਰਿਹਾ ਸੀ ਆਪਣੇ ਮਨ ਦੇ ਵਿੱਚ ਕਿ ਮੈਂ ਗੱਲ ਕਹਾਂ ਨਾ ਕਹਾਂ, ਬਿਕੋਜ਼ ਦੇਖੋ ਮੇਰਾ ਉਹਨਾਂ ਨਾਲ ਰਿਸ਼ਤਾ ਕੋਈ ਪੋਲੀਟੀਕਲ ਹੈ ਨਹੀਂ ਫਰੈਂਕਲੀ, ਠੀਕ ਹੈ। ਜਦੋਂ ਕਦੇ ਮੈਂ ਪੋਲੀਟੀਕਲ ਪੋਸਟ ਮੈਨੂੰ ਦਿੱਤੀ ਵੀ ਗਈ ਆ, ਉਹ ਸਿਰਫ ਉਦੋਂ ਦਿੱਤੀ ਗਈ ਆ ਜਦੋਂ ਇਲੈਕਸ਼ਨਾਂ ਕਰਕੇ ਬਾਕੀ ਬੰਦੇ ਆਪਣੇ ਆਪਣੇ ਕੰਸਟੀਚੁਐਂਸੀ 'ਚ ਬਿਜ਼ੀ ਹੋ ਜਾਂਦੇ ਸੀ, ਤਾਂ ਉਹਨੇ ਥੋੜ੍ਹੇ ਟਾਈਮ ਦੇ ਲਈ ਮੈਨੂੰ ਕੋਈ ਪੋਲੀਟੀਕਲ ਰੋਲ ਦਿੱਤਾ ਜਾਂਦਾ ਸੀ। ਅਦਰਵਾਈਜ਼ ਮੇਰਾ ਪੋਲੀਟੀਕਲ ਰੋਲ ਸਾਰੇ ਟਾਈਮ 'ਚ ਰਿਹਾ ਨਹੀਂ, ਮੈਂ ਜਿੰਨਾ ਵੀ ਬਾਦਲ ਸਾਹਿਬ ਦੇ ਨਾਲ ਨਿੱਜੀ ਰਿਸ਼ਤਾ ਰਿਹਾ, ਸੁਖਬੀਰ ਸਿੰਘ ਬਾਦਲ ਨਾਲ ਵੀ ਨਿੱਜੀ ਰਿਸ਼ਤਾ। ਤਾਂ ਮੇਰੇ ਮਨ 'ਚ ਗੱਲ ਚੱਲਦੀ ਸੀ, ਠੀਕ ਹੈ। ਤੋ ਮੈਂ ਹੁਣ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦਾ ਵੀ ਉੱਥੇ ਗੱਲਬਾਤ ਕੀ ਹੋਈ, ਕਿਉਂਕਿ ਨਿੱਜੀ ਸੀ, ਲੇਕਿਨ ਤੁਹਾਨੂੰ ਜਿਹੜੀ ਗੱਲ ਦੱਸਣ ਵਾਲੀ ਉਹ ਦੱਸ ਦਿੰਦਾ ਕਿ ਗੱਲ ਇੱਥੇ ਮੁੱਕੀ ਆ ਕਿ ਮੇਰੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਆ ਕੇ। ਸਾਰੀ ਸਾਡੀ ਗੱਲਬਾਤ ਹੋਈ, ਮੈਂ ਨਹੀਂ ਕਹਿੰਦਾ ਨਹੀਂ ਹੋਈ, ਲੇਕਿਨ ਉਹ ਕੀ ਹੋਈ ਉਹ ਮੈਂ ਨਿੱਜੀ ਕਨਵਰਸੇਸ਼ਨ ਵਿੱਚ ਨਾ ਜਾਂਦੇ, ਲੇਕਿਨ ਉਹਨਾਂ ਨੂੰ ਨਿਚੋੜ ਦੱਸ ਦਿੰਦਾ ਕਿ ਉਹ ਤੋਂ ਬਾਅਦ ਮੇਰੇ ਸਾਹਮਣੇ ਇਹ ਸੰਕਟ ਖੜਾ ਹੋ ਗਿਆ ਕਿ ਇਸ ਇਲਜ਼ਾਮ ਦਾ ਕੀ ਜਵਾਬ ਹੋਊਗਾ ਕਿ ਜਿੰਨਾ ਚਿਰ ਤਾਕਤ ਰਹੀ ਉਹਨਾਂ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੱਲੇ ਬੱਲੇ ਹੋਈ, ਸਾਰੀ ਜੀ ਡਿਪਟੀ ਸੀਐਮ ਵੀ ਸੀਗੇ, ਪਾਰਟੀ ਦੇ ਪ੍ਰਧਾਨ ਵੀ ਸੀਗੇ, ਹੁਣ ਜਦੋਂ ਸਭ ਤੋਂ ਵੱਡੀ ਸੰਕਟ ਦੀ ਘੜੀ ਆ ਖੜੀ ਹੋਈ ਹੈ ਤਾਂ ਇਹ ਦੌੜ ਕੇ ਦਿੱਲੀ ਚਲੇ ਜਾਣ ਅਤੇ ਆਪਣਾ ਆਰਾਮ ਨਾਲ ਕਹਿ ਦਿਆ ਕਰਨ, ਕਦੇ ਬਿਆਨ ਦੇ ਦਿਆ ਕਰਨ, ਦਿਆ ਕਰ ਦਿਆ ਕਰਨ, ਮਤਲਬ ਹੁਣ ਮਰਨ ਲਈ ਕੋਈ ਹੋਰ ਮੋਹਰੇ ਆਵੇ, ਇਸ ਇਲਜ਼ਾਮ ਦਾ ਮੈਂ ਕੀ ਜਵਾਬ ਦਊਂਗਾ। ਠੀਕ ਹੈ, ਮੈਂ ਅੰਤਰ ਆਤਮਾ ਤੱਕ ਸੋਚਿਆ ਵੀ ਕੀ ਸੂਟ ਕਰਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸਣ ਲੱਗਾ, ਕਿਸੇ ਨਾਲ ਸ਼ੇਅਰ ਨਹੀਂ ਕੀਤੀ। ਮੇਰੇ ਅੰਦਰ ਇਹ ਆਵਾਜ਼ ਆ ਰਹੀ ਸੀ ਕਿ ਪਾਰਟੀ ਦਾ ਹਿੱਤ ਤਾਂ ਇਸ ਗੱਲ 'ਚ ਹੀ ਹੈ ਕਿ ਇਹ ਖੜ ਕੇ ਲੜਨ, ਲੇਕਿਨ ਇਹਨਾਂ ਦਾ ਆਪਣਾ ਨਿੱਜੀ ਹਿੱਤ ਇਸ ਗੱਲ 'ਚ ਹੈ ਵੀ ਇਹ ਛੱਡ ਕੇ ਕਹਿਣ ਜੀ ਇਸ ਤਾਂ ਛੱਡਿਆ, ਇਸ ਤਾਂ ਤਿਆਗ ਦਿੱਤਾ, ਚਲੋ ਜੀ ਠੀਕ ਹੈ ਜੀ ਅਸੀਂ ਐਕਸੈਪਟ ਕੀਤਾ ਜੀ, ਅਤੇ ਵੱਡੇ ਬਣ ਕੇ ਦਿਖਾ ਦੇਣ ਪਏ, ਇਸ ਤਾਂ ਦੇਖੋ ਜੀ ਇਸ ਤਾਂ ਜਿੱਦਾਂ ਸਾਡੇ ਕਹਿੰਦੇ ਹੁੰਦੇ ਨਾ ਵੀ ਕੁਰਬਾਨੀ ਦੇ ਦਿਓ, ਉਹ ਇੱਦਾਂ ਦਾ ਕੋਈ ਪਖੰਡ ਜਿਹਾ ਕਰ ਦਿਓ ਕੋਈ, ਯੂਨੋ ਉਹ ਸੀਗਾ। ਮੇਰੇ ਅੰਦਰ ਇਹ ਆਵਾਜ਼ ਚੱਲ ਰਹੀ ਸੀ ਕਿ ਪਖੰਡ ਕੀਤਾ ਜਾਵੇ ਹੁਣ, ਕਿ ਹੁਣ ਜੁਝਾਰੂ ਰੋਲ ਪਲੇ ਕੀਤਾ ਜਾਵੇ, ਕਿ ਹੁਣ ਸੂਰਾ ਬਣਿਆ ਜਾਵੇ। ਜੀ 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 ਜੀ। ਸੋ ਉਹ ਸਭ ਤੋਂ ਔਖੀ ਘੜੀ ਸੀ ਕਿਸੇ ਵੀ ਪਾਰਟੀ ਲਈ, ਉਸ ਵੇਲੇ ਉਸ ਪਾਰਟੀ ਦੀ ਪ੍ਰਧਾਨਗੀ ਰੱਖਣਾ ਮੇਰੇ ਖਿਆਲ ਦੇ ਵਿੱਚ ਫਰੈਂਕਲੀ ਸਪੀਕਿੰਗ ਮਤਲਬ ਉਹ ਤੋਂ ਵੱਡਾ ਕੋਈ ਕੰਡਿਆਂ ਦਾ ਵੱਡਾ ਤਾਜ਼ਾ ਹੈ ਨਹੀਂ ਸੀ ਉਸ ਵੇਲੇ।